ਸੱਚ ਦੱਸਿਓ। ਮੈਂ ਤੁਹਾਨੂੰ ਕਹਿ ਦਿੱਤਾ ਕਿ 5 ਮਿੰਟ ਰਹਿ ਗਏ, ਚੰਗਾ ਲੱਗ ਰਿਹਾ ਕਿ ਮਾੜਾ ਲੱਗ ਰਿਹਾ? ਕੀ ਅਹਿਸਾਸ ਜਦੋਂ ਜੀ ਕਰੇ? ਨਹੀਂ ਮਹਾਰਾਜ, ਥੋੜ੍ਹੀ ਹੋਰ ਬੁਲਾਓ। ਜਦੋਂ ਜੀ ਕਰੇ ਪੋਸਤ ਮੱਧ ਅਫੀਮ ਭੰਗ, ਪੋਸਤ ਮੱਧ ਅਫੀਮ ਭੰਗ, ਕੋਈ ਉਤਰ ਜਾਏ ਪ੍ਰਭਾਤ। ਕਿ ਨਸ਼ੇ ਕਰਦੇ ਨੇ ਲੋਕ, ਸਵੇਰ ਨੂੰ ਲੈ ਜਾਂਦੇ ਨੇ ਪੋਸਤ ਮੱਧ ਅਫੀਮ ਭੰਗ, ਉਤਰ ਜਾਏ ਪ੍ਰਭਾਤ, ਪਰ ਨਾਮ ਕੁਮਾਰੀ ਨਾਨਕਾ ਚੜੀ ਰਹੇ। ਜਦੋਂ ਇਹ ਤਾਂ ਕਹੋਗੇ ਉਹਨੂੰ ਸਤਸੰਗਤ ਕਿਹਾ ਜਾਂਦਾ। ਹੁਣ ਤੁਸੀਂ ਜਿੰਨੇ ਬੈਠੇ ਹੋ, ਇਹ ਸਤਸੰਗਤ ਹੋ ਰਹੀ ਹੈ। ਸਤਿਗੁਰ ਕਹਿੰਦੇ ਮੈਂ ਉਹ ਸੰਗਤ ਦੀ ਧੂੜੀ ਨੂੰ ਆਪਣੇ ਸਰੀਰ ਤੇ ਲਾਉਣਾ। ਤੇ ਸਿੱਧਾਂ ਨੇ ਵੇਖਿਆ ਕਿ ਬੰਦਾ ਬੜਾ ਤਕੜਾ ਹੈ, ਇਹਦੇ ਅੰਦਰ ਬੜਾ ਤੇਜ ਹੈ, ਇਹ ਉਸ ਉਚਾਈ ਤੇ ਆ ਗਿਆ ਜਿਸ ਉਚਾਈ ਤੇ ਅਸੀਂ ਬੈਠੇ ਹਾਂ। ਤੇ ਉਹਨਾਂ ਨੇ ਪਤਾ ਕੀ ਪੁੱਛਿਆ? ਕਹਿੰਦੇ ਤੁਹਾਨੂੰ ਬੜੇ ਪ੍ਰਸ਼ਨ ਪੁੱਛੇ, ਤੁਸੀਂ ਖਿਜੇ ਨਹੀਂ, ਇਰੀਟੇਸ਼ਨ ਨਹੀਂ ਹੋਈ? ਅੱਜ ਕੱਲ੍ਹ ਅੱਜ ਕੱਲ੍ਹ ਤਾਂ ਸਾਡੀਆਂ ਭੈਣਾਂ ਕਹਿ ਦਿੰਦੀਆਂ ਕਿ ਬਾਬਾ ਜੀ ਇਹ ਬੱਚਾ ਮੇਰਾ, ਇਹ ਬੜਾ ਇਰੀਟੇਟ ਹੁੰਦਾ। ਅੱਜ ਕੱਲ੍ਹ ਦੁਨੀਆਂ ਇਰੀਟੇਟ ਹੋ ਰਹੀ ਹੈ ਇੱਕ ਦੂਜੇ ਤੋਂ। ਅੱਜ ਕੱਲ੍ਹ ਕਿਸੇ ਨੂੰ ਕੋਈ ਚੰਗਾ, ਹੁਣ ਕੀ ਨੀ ਚੰਗਾ ਲੱਗ ਰਿਹਾ, ਕਿਸੇ ਦੀਆਂ ਗੱਲਾਂ ਕਿਸੇ ਦੂਸਰੇ ਨੂੰ ਚੰਗੀਆਂ। ਮੈਂ ਇੱਕ ਚੀਜ਼ ਬੱਚਿਆਂ ਨੂੰ ਕਹਿਣੀ ਚਾਹੁੰਦਾ, ਛੋਟੇ ਬੱਚਿਆਂ ਨੂੰ, ਜਿਹੜੇ ਬੱਚੇ 10ਵੀਂ 12ਵੀਂ ਚ ਪੜ੍ਹਦੇ ਨੇ ਨਾ, ਉਹ ਬੱਚੇ, ਬੇਟਾ ਇੱਕ ਗੱਲ ਆਪਣੇ ਪੇਰੈਂਟਸ ਨੂੰ ਕਦੇ ਨਹੀਂ ਕਹਿਣੀ ਕਿ ਪਾਪਾ ਮੰਮੀ ਡੋਂਟ ਇੰਟਰਫੀਅਰ ਇਨ ਮਾਈ ਲਾਈਫ, ਇਟਸ ਮਾਈ ਪਰਸਨਲ ਲਾਈਫ। ਆਪਣੇ ਬਜ਼ੁਰਗਾਂ ਨੂੰ ਇਹ ਜ਼ਿੰਦਗੀ 'ਚ ਕਦੇ ਨਹੀਂ ਕਿ ਸਾਡੀ ਜ਼ਿੰਦਗੀ 'ਚ ਹਸਤਕਸ਼ੇਪ ਨਾ ਕਰੋ, ਕਿਉਂਕਿ ਜਦੋਂ ਤੱਕ ਬਜ਼ੁਰਗਾਂ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਟਰਫੀਅਰ ਰਹੇਗਾ ਨਾ, ਤਾਂ ਤੁਹਾਡੇ ਸੁੱਖਾਂ 'ਚ ਕੋਈ ਇੰਟਰਫੀਅਰ ਨਹੀਂ ਕਰੇਗਾ, ਤੁਹਾਡੀ ਸਫਲਤਾ 'ਚ ਕੋਈ ਇੰਟਰਫੀਅਰ ਨਹੀਂ ਕਰੇਗਾ। ਜ਼ਿੰਦਗੀ ਬੁਲੰਦੀਆਂ 'ਤੇ ਜਾਏਗੀ ਜਿਹੜੇ ਮਾਤਾ ਪਿਤਾ ਦੀ ਸ਼ਿਕਸ਼ਾ ਨਾਲ ਚੱਲਦੇ, ਜਿਹੜੇ ਮਾਂ ਬਾਪ ਦੇ ਆਸਰੇ 'ਚ ਰਹਿੰਦੇ ਨੇ, ਉਹ ਕਦੇ ਨਿਰ ਆਸਰੇ ਨਹੀਂ ਹੁੰਦੇ। ਤੁਹਾਡੀਆਂ ਤਾਂ ਮੰਡੀਆਂ ਛੋਟੀਆਂ, ਵੱਡੇ ਸ਼ਹਿਰਾਂ 'ਚ ਤਾਂ ਟ੍ਰੈਂਡ ਬਣ ਗਿਆ, ਕਿਉਂਕਿ ਮੈਂ ਇਹ ਚੀਜ਼ਾਂ ਅੱਖਾਂ ਨਾਲ ਦੇਖੀਆਂ, ਕਦਾਂ ਨਾਲ ਸੁਣੇ ਨੇ ਤੂੰ, ਕਿ ਜਦੋਂ ਪਾਪਾ ਕਹਿਣ ਲੱਗੇ ਹੈ ਕਿੱਥੋਂ ਆਇਆ ਤੂੰ, ਵੇਅਰ ਹੈਵ ਯੂ ਕਮ ਫਰੋਮ, ਉੱਧਰ, ਕਿਉਂਕਿ ਉੱਧਰ ਲੋਕ ਅੰਗਰੇਜ਼ ਨੇ ਸਾਰੇ। ਤੇ ਅੱਗੋਂ ਬੇਟਾ ਕਹਿੰਦਾ ਪਾਪਾ ਡੋਂਟ ਇੰਟਰਫੀਅਰ। ਹੁਣ ਪਿਆਰੀ ਸੰਗਤ, ਮੈਂ ਇਸ ਦ੍ਰਿਸ਼ ਨੂੰ ਅੱਖਾਂ ਨਾਲ ਵੇਖਿਆ ਤੇ ਸੰਨ ਰਹਿ ਜਾਈਦਾ ਕਿ ਜਿਹੜੇ ਬੱਚੇ ਮਾਤਾ ਪਿਤਾ ਦੀ ਗੱਲ ਸੁਣਨਾ ਨਹੀਂ ਚਾਹੁੰਦੇ, ਸੋਚੋ ਅੱਗੇ ਆ ਕੇ ਇਹਨਾਂ ਦੀ ਕੌਣ ਸੁਣੇ। ਤੋ ਸਤਿਗੁਰਾਂ ਨੂੰ ਕਿਹਾ ਕਿ ਸਹਿਜਤਾ ਕਿਵੇਂ ਆਈ, ਕਿਉਂਕਿ ਸਤਿਗੁਰ ਸਰਲ ਸਨ, ਸਹਿਜ ਸਨ। ਤੇ ਜਦੋਂ ਪੁੱਛਿਆ ਸਰਲਤਾ ਕਿਵੇਂ ਆਈ, ਸਤਿਗੁਰਾਂ ਨੇ ਕਿਹਾ ਸਾਧ ਸੰਗਤ ਵਿੱਚ ਬੈਠ ਕੇ ਸਰਲਤਾ ਆ ਗਈ। ਕਿੱਥੇ ਬਹਿ ਕੇ? ਆਖੋ ਸਤਨਾਮ। ਜਿੱਥੇ ਤੁਸੀਂ ਬੈਠੇ ਹੋ ਸਾਧ ਸੰਗਤ ਕਰਕੇ ਮੇਰੇ 'ਚ ਕੀ ਆ ਗਈ ਜੀ, ਸਰਲਤਾ ਆ ਗਈ, ਸਹਿਜਤਾ ਆ ਗਈ, ਮੈਂ ਕੀ ਹੋ ਗਿਆ, ਸਰਲ ਹੋ ਗਿਆ। ਪੰਜਾਬੀ 'ਚ ਕਹਾਂ ਮੇਰੇ ਜਿੰਨੇ ਵਿੰਗ ਵਲ ਸੀ ਸਾਰੇ, ਜਿੰਨੇ ਵਿੰਗ ਵਲ ਸੀ ਸਾਰੇ, ਹੈਂਜੀ, ਹੁਣ ਬੋਲਦੇ ਨਹੀਂ ਹੈ ਨਾ, ਪਤਾ ਬਾਬਾ ਜੀ ਸਾਡੇ 'ਚ ਕਿੱਥੇ ਸੀ। ਅੱਛਾ ਇੱਕ ਗੱਲ ਦੱਸੋ, ਜਿੰਨਾ ਟਾਈਮ ਆਹ 4 ਦਿਨ ਹੁਣ ਤੁਸੀਂ ਟਿਕ ਕੇ ਬੈਠੇ ਹੋ, ਇੰਨਾ ਟਾਈਮ ਆਪਾਂ ਕਦੇ ਟਿਕ ਕੇ ਬਹਿੰਦੇ? ਮੈਂ ਕੁਛ ਚਿਹਰੇ ਐਸੇ ਵੇਖ ਰਿਹਾ ਕਿ ਜਿਹੜੇ ਸਾਡੇ ਬੇਟੇ, ਸਾਡੇ ਭਰਾ ਜਵਾਨ ਜਿਹੜੇ ਨੇ, ਉਹ ਬੜੀ ਟਾਈਮਿੰਗ 'ਤੇ ਪਹੁੰਚ ਰਹੇ ਨੇ ਕੁਛ ਸੁਣਨ ਲਈ, ਕਿ ਚਲੋ ਰੱਬ ਦੀ ਵਡਿਆਈ ਸੁਣਾਂਗੇ ਸਵਾਮੀ ਜੀ ਤੋਂ, ਪਰਮਾਤਮਾ ਦੀਆਂ ਗੱਲਾਂ, ਖੁਸ਼ੀ ਹੁੰਦੀ ਕਿਉਂਕਿ ਦੇਖਦੇ ਤਾਂ ਅਸੀਂ ਵੀ, ਦਿਖਾਈ ਸਾਨੂੰ ਵੀ ਦੇ ਰਹੇ ਹੈ ਕਿ ਕੌਣ ਕਿਹੜੇ ਟਾਈਮ 'ਤੇ ਕਿਵੇਂ ਆ ਰਿਹਾ। ਹੁਣ ਜਦੋਂ ਮੈਂ ਆਇਆ ਸੀ ਤੇ ਪੰਡਾਲ ਖਾਲੀ ਪਿਆ 10-20 ਜਾਂਦੇ, ਉਹ ਮੈਨੂੰ ਲੱਗਿਆ ਕਿ ਸ਼ਾਇਦ ਇਹਨਾਂ 'ਤੇ ਕੋਈ ਅਸਰ ਹੀ ਨਹੀਂ ਹੋਇਆ, ਮੈਨੂੰ ਐਂ ਲੱਗਿਆ ਕਿ ਮੇਰਾ ਸਾਰਾ ਜ਼ੋਰ ਲੱਗ ਗਿਆ, ਲੇਕਿਨ ਇਹਨਾਂ 'ਤੇ ਕੋਈ ਅਸਰ ਹੀ ਨਹੀਂ ਹੋਇਆ। ਪਰ ਮੈਂ ਮਨ ਹੀ ਮਨ ਸਤਿਗੁਰ ਨੂੰ ਕਹਿ ਰਿਹਾ, ਸੱਚੇ ਪਾਤਸ਼ਾਹ ਤੇਰੀ ਬੜੀ ਕਿਰਪਾ, ਤੇਰੀ ਬੜੀ ਰਹਿਮਤ ਹੈ, ਕਿਉਂਕਿ ਮੈਂ ਜਿਵੇਂ ਹੀ ਬੋਲਣਾ ਸ਼ੁਰੂ ਕੀਤਾ ਭੱਜ ਭੱਜ ਕੇ ਸਭ ਆ ਗਿਆ।
ਆਪਣੀਆਂ ਆਪਣੀਆਂ ਜਗ੍ਹਾ ਲੈ ਰਹੇ ਸਨ। ਪਿਆਰੀ ਸੰਗਤ, ਇਹਨੂੰ ਕਹਿੰਦੇ ਆ ਪਿਆਰ, ਕਿ ਗੁਰੂ ਦੇ ਪ੍ਰਤੀ ਪਿਆਰ, ਸਤਿਗੁਰ ਦੇ ਪ੍ਰਤੀ ਪਿਆਰ। ਆਖੋ ਸਤਨਾਮ। ਤੋ ਸਤਿਗੁਰਾਂ ਨੂੰ ਕਿਹਾ ਕਿ ਸਹਿਜਤਾ ਸਰਲਤਾ ਕਿਵੇਂ ਆਈ? ਕਹਿੰਦੇ ਸਾਧ ਸੰਗਤ ਵਿੱਚ ਬਹਿ ਕੇ। ਔਰ ਇੱਥੇ ਮੈਂ ਗੱਲ ਹੋਰ ਕਹਿ ਦੇਵਾਂ, ਭਗਵਾਨ ਸ਼ੰਕਰ ਕੋਲੇ ਗਰੁੜ ਜੀ ਚਲੇ ਗਏ। ਗਰੁੜ ਕੌਣ ਹੈ? ਜਿਹੜਾ ਭਗਵਾਨ ਨਾਰਾਇਣ ਦਾ ਵਾਹਨ ਹੈ। ਤੇ ਗਰੁੜ ਜੀ ਨੇ ਜਾ ਕੇ ਕਿਹਾ, ਕਹਿੰਦੇ ਮਹਾਰਾਜ ਮੇਰੇ ਮਨ ਵਿੱਚ ਕੁਝ ਸੰਦੇਹ ਨੇ। ਤੇ ਭਗਵਾਨ ਹੱਸ ਕੇ ਕਹਿੰਦੇ, ਗਰੁੜ ਸੰਦੇਹ ਦੂਰ ਕਰਨੇ ਤਾਂ ਸੰਗਤ ਕਰਨੀ ਪੈਣੀ। ਗਰੁੜ ਕਹਿੰਦਾ, ਮਹਾਰਾਜ ਕਿਹਦੀ ਕਰਾਂ? ਕਹਿੰਦੇ ਕਾਗ ਵਸੁੰਧੇ। ਉੱਥੇ ਭਗਵਾਨ ਸ਼ੰਕਰ ਨੇ ਦੋ ਪੰਕਤੀਆਂ ਕਹੀਆਂ ਜੋ ਗੋਸਵਾਮੀ ਜੀ ਨੇ ਲਿਖੀਆਂ, ਕਿ ਬਿਨ ਸਤਸੰਗ ਨਾ ਹਰੀ ਕਥਾ, ਤੇਹੀ ਬਿਨ ਮੋਹ ਨਾ ਭਾਗ, ਔਰ ਮੋਹ ਗਏ ਬਿਨ ਰਾਮ ਪਦ, ਹੋ ਹੀ ਨਾ ਦ੍ਰਿੜ ਅਨੁਰਾਗ। ਕਿ ਬਿਨਾਂ ਅਗਿਆਨ ਦੇ ਨਸ਼ਟ ਹੋਏ ਰੱਬ ਨਾਲ ਪਿਆਰ ਨਹੀਂ ਹੋ ਸਕਦਾ। ਪਿਆਰੀ ਸੰਗਤ, ਇੱਕ ਹੋਰ ਪ੍ਰਸ਼ਨ ਕਿਹਾ, ਹੁਣ ਕਿਹਾ ਜੀ ਕਿਹੜੀ ਆਵਾਜ਼ ਸੁਣਦੇ ਹੋ? ਹੁਣ ਆਖਰੀ ਗੱਲਾਂ ਵਿੱਚ ਜਾ ਰਹੇ, ਤਿੰਨ ਚਾਰ ਮਿੰਟ ਬਾਕੀ ਨੇ, ਠੀਕ ਹੈ। ਜੋ ਤੁਹਾਡੀ ਮਰਿਆਦਾ ਉਹਦੇ ਹਿਸਾਬ ਨਾਲ ਤੁਸੀਂ ਯਕੀਨ ਕਰੋਗੇ, ਮੈਂ ਇੱਕ ਵਾਰੀ 2008 ਦੇ ਵਿੱਚ ਡਿਸਟ੍ਰਿਕਟ ਮੋਗਾ ਵਿੱਚ ਮੰਡੀ ਨਿਹਾਲ ਸਿੰਘ ਵਾਲਾ ਵਿੱਚ ਸਤਸੰਗ ਕਰ ਰਿਹਾ ਸੀ, ਅਤੇ ਇਸੇ ਤਰ੍ਹਾਂ ਸੰਗਤ ਜੁੜੀ ਹੋਈ ਸੀ। ਰਾਤ ਦੇ ਸਮਾਗਮ ਹੁੰਦੇ ਸੀ, ਅਤੇ ਰਾਤ ਨੂੰ ਲਗਭਗ 9 ਵਜੇ ਮੈਂ ਬੈਠਾ ਮੰਚ 'ਤੇ ਆ ਗਿਆ। ਤੁਸੀਂ ਯਕੀਨ ਨਹੀਂ ਕਰਨਾ, ਸਵੇਰ ਦੇ 3 ਵਜੇ ਕੋਈ ਉੱਠ ਕੇ ਨਹੀਂ। ਮੈਂ ਜਦੋਂ ਖਤਮ ਕਰਨ ਲੱਗਾ, ਬਾਬਾ ਜੀ ਬਾਬਾ ਜੀ, ਪਿਆਰੇ 3 ਵਜ ਗਏ ਨਾ ਜਦੋਂ, ਤਾਂ 3 ਵਜ ਗਏ ਮੈਂ ਹੀ ਹੱਥ ਜੋੜ ਦਿੱਤੇ। ਉਹ ਮੈਂ ਕਿਹਾ ਤੁਸੀਂ ਕੱਲ੍ਹ ਨੂੰ ਵੀ ਸੁਣਨਾ ਕਿ ਨਹੀਂ ਸੁਣਨਾ? ਇਹ ਹੈ ਸਤਸੰਗ। ਸਤਿਗੁਰਾਂ ਨੂੰ ਕਿਹਾ ਕਿ ਕਿਹੜੀ ਆਵਾਜ਼ ਸੁਣਦੇ ਹੋ? ਸਤਿਗੁਰਾਂ ਨੇ ਕਿਹਾ ਅਨਹਦ ਨਾਦ ਸੁਣਦੇ। ਕਿਹੜਾ ਨਾਦ? ਅਨਹਦ ਨਾਦ ਸੁਣਦੇ ਹਾਂ। ਤੇ ਗੱਲ ਮੁੱਕਦੀ ਕਿ ਸਿੱਧ ਚਰਨੇ ਡਿੱਗ ਪਏ। ਫਿਰ ਉਹਨਾਂ ਨੇ ਇੱਕ ਪ੍ਰੀਖਿਆ ਲਈ, ਕਹਿੰਦੇ ਇਸ ਬੰਦੇ ਦੀ ਇੱਕ ਪ੍ਰੀਖਿਆ ਲੈ ਲਓ, ਜੇ ਪਾਸ ਹੋ ਗਿਆ ਤਾਂ ਪਾਸ, ਨਹੀਂ ਤਾਂ ਫਿਰ ਠੀਕ। ਸਤਿਗੁਰਾਂ ਨੂੰ ਇੱਕ ਭਾਂਡਾ ਦਿੱਤਾ, ਭਾਂਡਾ ਦੇ ਕੇ ਕਹਿੰਦੇ ਜੀ ਉਹ ਸਾਹਮਣੇ ਇੱਕ ਸਰੋਵਰ ਹੈ, ਉੱਥੋਂ ਜਲ ਲੈ ਕੇ ਆਓ। ਸਤਿਗੁਰ ਨਾਨਕ ਦੇਵ ਜੀ ਮਹਾਰਾਜ ਜਲ ਲੈਣ ਚਲੇ ਗਏ। ਜਦੋਂ ਜਲ ਲੈਣ ਪਹੁੰਚੇ, ਉੱਥੇ ਕੋਈ ਜਲ ਨਹੀਂ ਸੀ। ਉਸਦੇ ਵਿੱਚ ਹੀਰੇ ਮੋਤੀ ਸੋਨਾ ਚਾਂਦੀ ਬੜਾ ਕੁਝ ਪਿਆ। ਜਦੋਂ ਇਹ ਵੇਖਿਆ ਤੇ ਸਤਿਗੁਰ ਵਾਪਸ ਆ ਗਏ। ਹੁਣ ਉਹ ਸਿੱਧ ਕਹਿੰਦੇ ਨੇ, ਕਹਿੰਦੇ ਮਹਾਰਾਜ ਇਹ ਭਾਂਡਾ ਖਾਲੀ ਲਿਆ, ਕੁਝ ਲੈ ਕੇ ਨਹੀਂ ਆਏ। ਤੇ ਸਤਿਗੁਰ ਕਹਿੰਦੇ ਉੱਥੇ ਕੁਝ ਹੈ ਹੀ ਨਹੀਂ ਸੀ। ਤਾਂ ਉਹਨਾਂ ਨੇ ਕਿਹਾ ਮਹਾਰਾਜ ਜਲ ਨਹੀਂ ਸੀ, ਕਹਿੰਦੇ ਜਲ ਹੈ ਹੀ ਨਹੀਂ ਸੀ। ਹੁਣ ਸਿੱਧਾਂ ਨੇ ਕਿਹਾ ਕੁਝ ਹੋਰ ਨਹੀਂ ਸੀ, ਕਹਿੰਦੇ ਸਤਿਗੁਰ ਕਹਿੰਦੇ ਬੜਾ ਕੁਝ ਸੀ, ਸੋਨਾ ਸੀ। ਹੁਣ ਇਸ ਗੱਲ ਨੂੰ ਧਿਆਨ ਨਾਲ ਸੁਣਨਾ, ਜੇ ਸਮਝ ਆਵੇ ਤੇ ਹੁਣ ਅਸੀਂ ਚਲੇ ਜਾਣਾ, ਜੇ ਸਮਝ ਆਵੇ ਤੁਹਾਨੂੰ ਤੇ ਜਗਾਰੇ 5 ਚਾਹੀਦੇ, ਜੇ ਸਮਝ ਆਵੇ, ਠੀਕ ਹੈ ਜੀ। ਪੂਰੇ ਜੋਸ਼ ਨਾਲ, ਤਾਂ ਕਿ ਪਤਾ ਲੱਗੇ ਬਾਬਾ ਇਹ ਗੁਰੂ ਨਾਨਕ ਤੇਰੀ ਸੰਗਤ ਤੇਰੇ ਰੰਗ ਵਿੱਚ ਰੰਗੀ ਹੋਈ। ਆਖੋ ਸਤਨਾਮ। ਹੁਣ ਇਹ ਤੁਹਾਡੀ ਤੇ ਮੇਰੀ ਕਹਾਣੀ ਹੈ ਜਿਹੜੀ ਸਤਿਗੁਰ ਬਿਆਨ ਕਰਨ ਲੱਗੇ ਨੇ। ਤੇ ਉਹਨਾਂ ਸਿੱਧਾਂ ਨੇ ਕਿਹਾ ਇੰਨਾ ਕੁਛ ਸੀ ਪਰ ਲੈ ਕੇ ਕਿਉਂ ਨਹੀਂ ਆਏ? ਜਦੋਂ ਸੋਨਾ ਚਾਂਦੀ ਹੀਰੇ ਮੋਤੀ ਸਭ ਕੁਛ ਦੇਖਿਆ ਪਰ ਚੱਕਿਆ ਨਹੀਂ? ਸਤਿਗੁਰਾਂ ਨੇ ਉੱਤਰ ਦਿੱਤਾ ਸਿੱਧਾਂ ਨੂੰ, ਕਹਿੰਦੇ ਉਹ ਜਿਹੜਾ ਲੈਣ ਆਏ ਸੀ ਜਦੋਂ ਉਹ ਹੀ ਨਹੀਂ ਲੱਭਿਆ ਤੇ ਫਿਰ ਹੋਰ ਕੁਝ ਚੱਕ ਕੇ ਕਰਨਾ ਹੀ ਕੀ? ਬੋਲੇ।
ਕੋਈ ਬਾਕੀ ਨਾ ਰਹਿ ਜਾਏ ਭਾਈ ਹੋਰ ਲਾ ਲੋ। ਪਿਆਰੀ ਸੰਗਤ ਹੁਣ ਇੱਥੇ ਥੋੜਾ ਜਿਹਾ ਸੋਚ ਲਓ ਕਿ ਆਪਾਂ ਲੈਣ ਕੀ ਆਏ ਸੀ ਤੇ ਕਰੀ ਕੀ ਜਾਂਦੇ। ਤੁਸੀਂ ਪਿਛਲੇ ਕਿਸੇ ਮਹਾਂਪੁਰਸ਼ ਨੂੰ ਸੁਣਿਆ ਹੋਏਗਾ, ਹਾਂਜੀ, ਤੇ ਮਹਾਂਪੁਰਸ਼ ਕੀ ਕਹਿੰਦੇ, ਉਹ ਬੰਦਾ ਲਾਲਾਂ ਦਾ ਵਪਾਰੀ ਬਣ ਕੇ ਆਇਆ ਸੀ ਤੇ ਕੌਡੀਆਂ ਖਰੀਦ ਚੱਲੇ। ਬੰਦਾ ਲਾਲਾਂ ਦਾ ਵਪਾਰੀ ਬਣ ਕੇ ਆਇਆ ਸੀ ਕੌਡੀਆਂ ਖਰੀਦ ਚੱਲੇ। ਵਪਾਰੀ ਬਣ ਕੇ ਆਇਆ ਸੀ ਕੌਡੀਆਂ ਖਰੀਦ ਚੱਲੇ। ਬੰਦਾ ਲਾਲਾਂ ਦਾ ਵਪਾਰੀ ਬਣ ਕੇ ਆਇਆ ਸੀ ਕੌਡੀਆਂ ਖਰੀਦ ਚੱਲੇ। ਗੁਰੂ ਪਿਆਰੀ ਸੰਗਤ, ਜਿੰਨੀ ਸੰਗਤ ਬੈਠੀ ਹੈ ਹੁਣ ਆਖਰ ਦੇ ਵਿੱਚ ਸਤਿਗੁਰ ਨੇ ਬੜੀ ਕਿਰਪਾ ਕੀਤੀ ਔਰ ਚਾਰ ਦਿਨ ਤੁਹਾਡੇ ਵਿੱਚ ਅਸੀਂ ਰਹੇ ਤੇ ਗੁਰੂ ਦੀ ਵਡਿਆਈ ਕੀਤੀ। ਇਹ ਸਭ ਗੁਰੂ ਨਾਨਕ ਦੀ ਰਹਿਮਤ ਹੈ। ਹੁਣ ਕੀ ਕਹਿਣਾ ਹੈ, ਉਹ ਤੇਰਾ ਸ਼ੁਕਰ ਕਰਾਂ ਮੇਰੇ ਸਾਈਆਂ, ਤੇਰਾ ਸ਼ੁਕਰ ਕਰਾਂ। ਜਿੰਨੀ ਸੰਗਤ ਬੈਠੀ ਹੈ ਸਿਰਫ ਤੁਸੀਂ ਇੰਨਾ ਹੀ ਕਹਿਣਾ, ਸ਼ੁਕਰ ਕਰਾਂ। ਕੀ ਕਰਾਂ, ਥੋੜਾ ਸਕੇਲ ਅੱਪ ਕਰ ਲੈਂਦੇ ਹਾਂ। ਤੇਰਾ ਸ਼ੁਕਰ ਕਰਾਂ ਮੇਰੇ ਸਾਈਆਂ, ਤੇਰਾ ਸ਼ੁਕਰ ਕਰਾਂ। ਉਹ ਦਰਬਾਰ ਬੁਲਾਇਆ, ਦਰਬਾਰ ਬੁਲਾਇਆ, ਸਤਿਗੁਰ ਨੇ ਸਹਾਈ, ਮੇਰੀ ਹੋਈ ਸੁਣਵਾਈ।
ਹੋਈ ਸੁਣਵਾਈ ਔਕਾਤ ਬਣਾਈ ਤੁਸਾਂ ਦੇਰ ਨਾ ਲਾਈ ਤੇਰਾ ਸ਼ੁਕਰ ਕਰਾਂ ਮੇਰੇ ਲਾਈਆਂ ਸ਼ੁਕਰ ਕਰਾਂ ਲਾਰਾ ਨਹੀਂ ਲਾਇਆ ਲਾਰਾ ਨਹੀਂ ਲਾਇਆ ਲਾਰਾ ਨਹੀਂ ਲਾਇਆ ਵਧੀਆਂ ਤੋਂ ਬਚਾਇਆ ਵਧੀਆਂ ਤੋਂ ਬਚਾਇਆ ਤੇਰਾ ਸ਼ੁਕਰ ਕਰਾਂ ਮੇਰੇ ਸਾਈਆਂ ਸਨਮਾਨ ਵਧਾਇਆ ਰਜ ਰਜ ਕੇ ਰਜਾਇਆ ਰਜ ਰਜ ਕੇ ਰਜਾਇਆ ਸਮਝੇ ਨਾ ਪਰਾਇਆ ਸਮਝੇ ਨਾ ਪਰਾਇਆ ਉਹਦਾ ਸ਼ੁਕਰ ਕਰਾਂ ਮੇਰੇ ਸਾਈਆਂ ਸ਼ੁਕਰ ਕਰਾਂ ਸੁਗੁਰੂ ਪਿਆਰੀ ਸਾਧ ਸੰਗਤ ਸਤਿਗੁਰ ਕਿਰਪਾ ਕਰਨ ਜੀ ਆਖਰੀ ਬਾਣੀ ਓ ਮੇਰਾ ਰੁੱਸੇ ਨਾ ਕਾ ਲਗੀਆਂ ਵਾਲਾ ਤੇ ਜੱਗ ਪਾਵੇਂ ਸਾਰਾ ਰੁੱਸ ਜਾ ਮੇਰਾ ਰੁੱਸੇ ਨਾ ਕਾ ਲਗੀਆਂ ਵਾਲਾ ਜੱਗ ਪਾਵੇਂ ਸਾਰਾ ਰੁੱਸ ਜਾ ਰੁੱਸੇ ਨਾ ਕਾ ਲਗੀਆਂ ਭਾਵੇਂ ਸਾਰਾ ਰੁੱਸ ਜੇ ਸੇਨਾ ਕਲੰਗੀਆ हम लोग जब भागवत करते हैं राम कथा करते हैं उसके बाद गाते हैं सिर्फ दो पंक्तियां मिलन आज तक था हमारा तुम्हारा रही जिंदगी तो मिले ਮਿਲਨ ਆਜ ਤੱਕ ਥਾ ਤੁਮਾਰਾ ਹਮਾਰਾ ਰਹੀ ਜ਼ਿੰਦਗੀ ਤੋ ਮਿਲੇਂਗੇ ਦੁਬਾਰਾ ਵਾਹਿਗੁਰੂ मुझे लगा कि जहां से लेके चला था वही छोड़ छोड़ जहां से यात्रा शुरू की थी वही छोड़ छोड़ कहीं आप ये ना सोचो महाराज हम आए कहां थे और चले छोड़ जाऊं आपको आपके इस विजयनगर में अपनी कुछ यादों के साथ ਜਿਤਨਾ ਪੜਦਾ ਸਕਦਾ ਅਸਾਂ ਭੁੱਲ ਜਾਣਾ ਸੀ ਸਾਨੂੰ ਕਿਤੇ ਨਾ ਮਿਲਦੀ ਅਸਾਂ ਭੁੱਲ ਜਾਣਾ ਸੀ ਸਾਨੂੰ ਕਿਤੇ ਨਾ ਮਿਲਦੀ ਥਾਂ ਭੁੱਲ ਜਾਣਾ ਸੀ
ਤੁਝ ਜਿਨਾ ਫੜਨਾ ਸਦਮਾ ਸਰਲ ਜਾਣਾ ਸੀ ਸਾਨੂੰ ਕਿਤੇ ਨਾ ਮਿਲਦੀ ਤਾਂ ਸਰਲ ਜਾਣਾ ਸੀ ਅਸਰਲ ਜਾਣਾ ਸੀ ਅਸਰਲ ਜਾਣਾ ਸੀ ਅਸਰਲ ਮੇਰੀ ਨੱਚਦੀ ਟੱਪਦੀ ਇਹ ਜ਼ਿੰਦਗਾਨੀ ਹੋਣੀ ਸੀ ਮੇਰੀ ਨੱਚਦੀ ਟੱਪਦੀ ਇਹ ਜ਼ਿੰਦਗਾਨੀ ਹੋਣੀ ਸੀ ਫਿਰ ਇਸ ਜੀਵਨ ਦੀ ਹੋਰ ਕਹਾਣੀ ਹੋਣੀ ਸੀ ਫਿਰ ਇਸ ਜੀਵਨ ਦੀ ਹੋਰ ਕਹਾਣੀ ਹੋਣੀ ਜੇ ਤੂੰ ਦਿੰਦਾ ਨਾ ਠੰਡੜੀ ਛਾਂ ਜੇ ਤੂੰ ਦਿੰਦਾ ਨਾ ਠੰਡੜੀ ਛਾਂ ਅਸਰਲ ਜਾਣਾ ਸੀ ਸਾਨੂੰ ਕਿਤੇ ਨਾ ਮਿਲਦੀ ਤਾਂ ਅਸਰਲ ਜਾਣਾ ਪਿਆਰੇ ਸੱਚ ਕਹਿਤਾ ਹੂੰ ਪਹਿਲੇ ਦਿਨ ਮੈਨੇ ਦੋ ਪੰਕਤੀਆਂ ਕਹੀ ਥੀ ਜਿਨਕੀ ਮਹਿਫਿਲ ਹੈ ਵੋ ਜ਼ਰੂਰ ਆਤੇ ਜਿਨਕੀ ਮਹਿਫਿਲ ਹੈ ਵੋ ਜ਼ਰੂਰ ਆਤੇ ਹੈ ਕਿਉਂਕਿ ਸਤਿਗੁਰ ਕੀ ਮਹਿਫਿਲ ਕੋ ਤੋ ਸਤਿਗੁਰ ਹੀ ਸਜਾਤੇ ਜਬ ਵੋ ਆਏਂਗੇ ਤੋ ਸਭ ਉਨਕੀ ਔਰ ਦੇਖੇਂਗੇ ਦੇਖਣਾ ਤੋ ਯੇ ਹੈ ਕਿ ਵੋ ਕਿਨਕੀ ਔਰ ਦੇਖੇਂਗੇ ਔਰ ਪਿਆਰੇ ਆਜ ਤੋ ਐਸਾ ਲੱਗ ਰਹਾ ਹੈ ਕਿ ਭਗਵਾਨ ਉਸ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੀਆਂ ਨਜ਼ਰਾਂ ਸਭ ਤੇ ਪੈ ਰਹੀਆਂ ਨੇ ਜਿਤਨਾ ਪੜਦਾ ਸਾਡਾ ਅਸਰਲ ਜਾਣਾ ਸੀ ਸਾਨੂੰ ਕਿਤੇ ਨਾ ਮਿਲਦੀ ਤਾਂ ਅਸਰਲ ਜਾਣਾ ਸੀ ਕਈ ਜਨਮ ਹੋਏ ਬਰਬਾਦ ਨਾ ਰਸਤਾ ਮਿਲਿਆ ਸੀ ਕਈ ਜਨਮ ਹੋਏ ਬਰਬਾਦ ਰਸਤਾ ਮਿਲਿਆ ਸੀ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਥੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ ਮਿਲਨ ਕੀ ਵਰੀਆ ਚਿਰੰਕਾਲ ਇਹ ਦੇਹ ਸਿੰਜਰੀਆ ਕਈ ਜਨਮ ਹੋਏ ਬਰਬਾਦ ਨਾ ਰਸਤਾ ਮਿਲਿਆ ਸੀ ਮੇਰੇ ਦਾਤਾ ਹੋਈ ਰਹਿਮਤ ਇਹ ਫੁੱਲ ਖਿੜਿਆ ਸੀ ਮੇਰੇ ਦਾਤਾ ਹੋਈ ਤੇਰਾ ਕਿਵੇਂ ਕਿਵੇਂ ਸ਼ੁਕਰ ਕਰਾਂ ਜਪੋ ਤੇਰਾ ਕਿਵੇਂ ਕਿਵੇਂ ਉਹ ਤੇਰਾ ਕਿਵੇਂ ਕਿਵੇਂ ਸ਼ੁਕਰ ਕਰਾਂ ਅਸਾਂ ਹਮਾਰਾ ਤੁਮਾਰਾ ਰਹੀ ਜ਼ਿੰਦਗੀ ਤੋ ਮਿਲੇਂਗੇ ਦੁਬਾਰਾ ਮਿਲਨ ਅੱਜ ਤੱਕ ਦਾ ਹਮਾਰਾ ਤੁਮਾਰਾ ਰਹੀ ਜ਼ਿੰਦਗੀ ਤੋ ਮਿਲੇਂਗੇ ਦੁਬਾਰਾ ਵਾਹਿਗੁਰੂ ਵਾਹਿਗੁਰੂ
ਸਤਿਗੁਰੂ ਜੋ ਸੋਨਿਹਾ।